ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਰਾਜਸਥਾਨ ਤੋਂ, ਜਿੱਥੇ ਕਿ ਹਨੂਮਾਨਗੜ੍ਹ ਇਲਾਕੇ ਦੇ ਵਿੱਚੋਂ ਕਿਸਾਨਾਂ ਵੱਲੋਂ ਜੋ ਬੈਰੀਕੇਡ ਨੇ ਤੋੜ ਕੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਗਏ ਨੇ। ਅਤੇ ਦੋਸਤੋ, ਉੱਥੇ ਹੀ ਇੱਕ ਵੱਡਾ ਨੈਗੇਟਿਵ ਸਿਰਜਿਆ ਜਾ ਰਿਹਾ ਹੈ। ਕਿਸਾਨਾਂ 'ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋ ਬਾਰਡਰ 'ਤੇ ਬੈਠੇ ਨੇ ਉਹ ਕਿਸਾਨ ਨਹੀਂ ਬਲਕਿ ਵੱਕ ਦੇਸ਼ ਦੀ ਮੰਗ ਕਰ ਰਹੇ ਨੇ, ਉਹ ਅੱਤਵਾਦੀ ਨੇ, ਅੱਤਵਾਦੀ ਨੇ। ਇਸ ਤਰ੍ਹਾਂ ਦੀਆਂ ਕਮੈਂਟਾਂ ਦੇ ਵਿੱਚ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵੀਡੀਓਜ਼ ਪਾਈਆਂ ਜਾ ਰਹੀਆਂ ਨੇ। ਅਤੇ ਇਸ ਮੌਕੇ 'ਤੇ ਇੱਕ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਜੋ ਕਿ ਸੰਭੂ ਬਾਰਡਰ ਤੋਂ ਆ, ਜਿੱਥੇ ਕਿ ਸਤਨਾਮ ਵਾਹਿਗੁਰੂ ਦਾ ਜਾਪ ਸੰਗਤਾਂ ਕਰ ਰਹੀਆਂ ਨੇ। ਅਤੇ ਇਹ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜੋ ਗਲਤ ਇਲਜ਼ਾਮ ਲਗਾ ਰਹੇ ਨੇ ਕਿਸਾਨਾਂ 'ਤੇ। ਅਤੇ ਦੋਸਤੋ, ਕਿਸਾਨ ਏਕਤਾ ਜ਼ਿੰਦਾਬਾਦ, ਜ਼ਰੂਰ ਕਮੈਂਟ ਕਰਨਾ ਅਤੇ ਵੀਡੀਓ ਨੂੰ ਲਾਈਕ ਕਰਕੇ ਜ਼ਿਆਦਾ ਜ਼ਿਆਦਾ ਸ਼ੇਅਰ ਜ਼ਰੂਰ ਕਰ ਦੇਣਾ। ਦੇਖੋ ਪੂਰੀ ਵੀਡੀਓ ਅਖੀਰ ਤੱਕ। ਮਸ਼ੀਨ ਜਿਹੜੀ ਆ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤੁਹਾਡੇ ਲੋਕਾਂ ਦੇ ਦਬਾਅ ਨਾਲ। ਸੋ ਇਸ ਕਰਕੇ ਅੱਜ ਜਿਹੜੀਆਂ ਇਹ ਮਸ਼ੀਨਾਂ ਨੇ, ਇਹ ਵੀ ਅਸੀਂ ਖਨੌਲੀ ਬਾਰਡਰ ਦੇ ਉੱਪਰ ਲੈ ਕੇ ਚੱਲੇ ਹਾਂ। ਸੋ ਭਰਾਵੋ, ਹੁਣ ਵੀ ਸਮਾਂ ਹੈ ਕਿ ਤੁਸੀਂ ਇਹਨਾਂ ਕਿਸਾਨਾਂ ਦੇ, ਇਹਨਾਂ ਭਰਾਵਾਂ ਦੀ ਜਿਹੜੀਆਂ ਮਸ਼ੀਨਾਂ ਨੇ, ਜੇਸੀਬੀਆਂ ਆਪਾਂ ਜਿਹੜੀਆਂ ਉਹ ਲੈ ਕੇ ਪ੍ਰਸ਼ਾਸਨ ਦਾ ਰੋਕਣ ਦਾ ਲਕਸ਼ ਸੀ, ਪਰ ਸਾਡੀ ਸਮੁੱਚੀ ਜਥੇਬੰਦੀ ਸਾਰੇ ਭਰਾਵਾਂ ਵੱਲੋਂ ਲੈ ਕੇ ਜਿਹੜਾ ਇਹ ਅਸੀਂ ਜੇਸੀਬੀ ਮਸ਼ੀਨਾਂ ਨੇ ਜਿਹੜੀਆਂ ਉਹ ਅਸੀਂ ਹੁਣ ਚੱਲਿਆ ਪ੍ਰਸ਼ਾਸਨ ਜਿਹੜਾ ਅੱਗੇ ਰੋਕਣ ਦੀ ਕੋਸ਼ਿਸ਼ ਕਰ ਰਿਹਾ। ਪਹਿਲਾਂ ਵੀ ਇਹਨੂੰ ਦੜਬੇ ਆਪਾਂ ਕਹਿ ਸਕਦੇ ਵੀ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਹੁਣ ਇਹ ਮਸ਼ੀਨਾਂ ਜਿਹੜੀਆਂ ਅਸੀਂ ਆਪਣੀਆਂ ਗੱਡੀਆਂ ਨੂੰ ਅੱਗੇ ਲਾ ਕੇ ਵੱਡੇ ਕਾਫਲੇ ਰੂਪ ਦੇ ਵਿੱਚ ਇਹ ਮਸ਼ੀਨ ਜਿਹੜੀ ਹੈ ਤਕਰੀਬਨ 4-5 ਜਿਹੜੀਆਂ ਮਸ਼ੀਨਾਂ ਨੇ ਉਹ ਅਸੀਂ ਲੈ ਕੇ ਖਨੌਰੀ ਬਾਰਡਰ ਵੱਲ ਚੱਲੇ ਹਾਂ। ਸੋ ਭਰਾਵੋ, ਹੁਣ ਵੀ ਆ ਜਾਓ, ਆਪਣੇ ਲੋਕ ਇੰਨੀ ਮਿਹਨਤ ਦੇ ਨਾਲ ਜਿਹੜੀਆਂ ਮਸ਼ੀਨਾਂ ਲੈ ਕੇ ਆ ਰਿਹਾ। ਸੋ ਧੰਨਵਾਦ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਮਿਹਨਤ ਸਦਕਾ ਆਹ ਚੀਜ਼ਾਂ ਜਿਹੜੀਆਂ ਆਪਾਂ ਲੈ ਕੇ ਇੱਥੇ ਪਹੁੰਚਿਆ। ਮਸ਼ੀਨਾਂ ਜਿਹੜੀ ਹੈ ਦੇਖ ਕੇ ਆ ਪ੍ਰਸ਼ਾਸਨ ਜਿਹੜਾ ਰੋਕਣ ਦੀ ਕੋਸ਼ਿਸ਼ ਕਰਦਾ ਸੀ, ਰਸਤੇ ਦੇ ਵਿੱਚ ਬਹੁਤ ਜਿਹੜੀ ਵੱਡੀ ਗਿਣਤੀ ਜਿਹੜੀ ਮਸ਼ੀਨ ਆਪਾਂ ਲੈ ਕੇ ਜਿਹੜੀਆਂ ਉਹ ਚੱਲੇ ਹਾਂ ਖਨੌਰੀ ਬਾਰਡਰ ਦੇ ਉੱਤੇ। ਆ ਦੇਖ ਸਕਦੇ ਹਾਂ ਤਸਵੀਰਾਂ ਜਿਹੜੀਆਂ ਇਹ ਗੜਬੇ ਦੇ ਉੱਪਰ ਆਪਾਂ ਲੈ ਕੇ ਨਿਕਲੇ ਹਾਂ, ਹੁਣ ਮਸ਼ੀਨਾਂ ਜਿਹੜੀਆਂ ਨੇ ਇਹ ਭਰਾਵਾਂ ਵੱਲੋਂ ਲੈ ਕੇ ਜਾ ਰਹੇ ਹਾਂ। ਸੋ ਸਮੁੱਚਾ ਜਿਹੜਾ ਜਥਾ ਹੈ ਉਹ ਪਿੱਛੇ ਤੱਕ ਆਪਾਂ ਦੇਖ ਸਕਦੇ ਹਾਂ ਕਿ ਲੈ ਕੇ ਚੱਲੇ ਹਾਂ। ਪ੍ਰਸ਼ਾਸਨ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੱਲ੍ਹ ਦੇ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰ ਰਹੇ ਸੀ ਕਿ ਮਸ਼ੀਨਾਂ ਜਿਹੜੀਆਂ ਨੇ ਉਹ ਜੇਸ ਵੀ ਜ਼ਰੂਰ ਲੈ ਕੇ ਆਓ ਅਤੇ
ਸਤਿ ਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, 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 ਸਤਨਾਮ ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਅੱਜ ਗਏ ਸੀਗੇ ਕਿਉਂਕਿ ਰਸਤੇ ਦੇ ਵਿੱਚ ਪ੍ਰਸ਼ਾਸਨ ਨੇ ਘੇਰ ਲਈ ਸੀ,